ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ ਇਸ ਵੇਲੇ ਦਿੱਲੀ ਦੇ ਵਿੱਚ ਦਿੱਲੀ ਸਿੱਖ ਮੈਨੇਜਮੈਂਟ ਗੁਰਦੁਆਰਾ ਦੀ ਇਲੈਕਸ਼ਨ ਜਿਹੜੀ ਆ ਉਹ ਕੰਪਲੀਟ ਹੋ ਗਈ ਆ ਤੇ ਅੱਜ ਰਿਜ਼ਲਟ ਆ ਗਿਆ ਤੇ ਰਿਜ਼ਲਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਇਸ ਵੇਲੇ ਫੇਰ ਭਾਰੀ ਗਿਣਤੀ ਦੇ ਨਾਲ ਉਮੀਦਵਾਰਾਂ ਨੂੰ ਜਿਤਾ ਕੇ ਲਿਆਉਣ ਵਿੱਚ ਸਫਲ ਹੋਏ ਆ ਸਾਰਾ ਮਨਜਿੰਦਰ ਸਿੰਘ ਸਿਰਸਾ ਨੂੰ ਜਦੋਂ ਵੀ ਅਸੀਂ ਦੇਖਦੇ ਆ ਕਿ ਉਹਨਾਂ ਨੇ ਕਿਸਾਨੀ ਅੰਦੋਲਨ ਤੋਂ ਲੈ ਕੇ ਕੋਵਿਡ ਦੇ ਦੌਰਾਨ ਜਿੰਨੀ ਸੰਗਤ ਦੇ ਵਿੱਚ ਰਹਿ ਕੇ ਸੇਵਾ ਕੀਤੀ ਤੇ ਲੱਗਦਾ ਆ ਕਿ ਉਹ ਦੋ ਚੀਜ਼ਾਂ ਦਾ ਜਿਹੜਾ ਕਾਮਦਾ ਲੋਕਾਂ ਨੇ ਸਾਥ ਮਨਜਿੰਦਰ ਸਿੰਘ ਸਿਰਸਾ ਨੂੰ ਜ਼ਰੂਰ ਦਿੱਤਾ ਆ ਸਾਡੇ ਨਾਲ ਇਸ ਵੇਲੇ ਸਰਦਾਰ ਹਰਜਿੰਦਰ ਸਿੰਘ ਜੀ ਲਲੀਆਂ ਮੈਂਬਰ ਸ਼੍ਰੋਮਣੀ ਕਮੇਟੀ ਮੌਜੂਦ ਹੈ ਉਹਨਾਂ ਨਾਲ ਕਰਦੇ ਆ ਗੱਲਬਾਤ ਕਿ ਦਿੱਲੀ ਦੀ ਇਸ ਚੋਣ ਦਾ ਜੋ ਰਿਜ਼ਲਟ ਆਇਆ ਨਤੀਜੇ ਆਇਆ ਉਹਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਊਗਾ ਸਿੱਖ ਸਿਆਸਤ ਤੇ ਕੀ ਅਸਰ ਪਊਗਾ 2022 ਦੀ ਇਲੈਕਸ਼ਨ ਆ ਰਹੀ ਆ ਤੇ ਉਹ ਦਿੱਲੀ ਦੀ ਜਿਹੜੀ ਜਿੱਤ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਆ ਉਹ ਪੰਜਾਬ ਤੇ ਕੋਈ ਪ੍ਰਭਾਵ ਛੱਡੇਗੀ ਲਲੀਆਂ ਸਾਹਿਬ ਤੁਹਾਡਾ ਬਹੁਤ ਬਹੁਤ ਨਿੱਘਾ ਜੀ ਆ ਥੈਂਕ ਯੂ ਜੀ ਧੰਨਵਾਦ ਦਲੀਆ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਮਨਜਿੰਦਰ ਸਿੰਘ ਸਿਰਸਾ ਜੋ ਉੱਥੇ ਆਪਣੇ ਇਸ ਧੜੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਲੜ ਰਿਹਾ ਸੀ ਤੇ ਖਬਰਾਂ ਆ ਰਹੀਆਂ ਕਿ ਇਸ ਵੇਲੇ ਉਹਨਾਂ ਨੇ ਬਹੁਮਤ ਦੇ ਅਨਸਾਰ ਜਿਹੜਾ ਆਪਣਾ ਬਹੁਮਤ ਪ੍ਰਾਪਤ ਕਰ ਲਿਆ ਦਿੱਲੀ ਦੀ ਜਿੱਤ ਨੂੰ ਕਿਦਾਂ ਦੇਖਦੇ ਹੋ ਅੱਜ ਜਿਹੜੀ ਦਿੱਲੀ ਦੀ ਗਜ਼ਰਪ ਦਿੱਲੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਹੈ ਔਰ ਜਿਹਦਾ ਸਾਰਾ ਸਿਹਰਾ ਹੈ ਜੀ ਉਹ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਸਾਹਿਬ ਨੂੰ ਜਾਂਦਾ ਜੀ ਕਿਉਂਕਿ ਪਿਛਲੇ ਸਮੇਂ ਦੇ ਦਰਾਂ ਕਿਸਾਨੀ ਸ਼ਗਰਚ ਨੂੰ ਲੈ ਕੇ ਜੀ ਜਾਂ 26 ਜਨਵਰੀ ਨੂੰ ਲੈ ਕੇ ਜੋ ਦਿੱਲੀ ਦੇ ਵਿੱਚ ਹੋਇਆ ਸੀ ਜੀ ਉਹਨਾਂ ਦੇ ਅੰਦਰ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਔਰ ਉਸ ਸ਼ਗਰਚ ਨੂੰ ਦੇਖਦੇ ਹੋਏ ਜੀ ਜਿਸ ਤਰ੍ਹਾਂ ਉੱਪਰ ਕੇ ਅੱਗੇ ਆਏ ਸਨ ਜੀ ਔਰ ਉਸ ਤੋਂ ਅੱਗੇ ਵੀ ਗੱਲ ਕਰੀਏ ਕਿ ਜਿਸ ਤਰ੍ਹਾਂ ਉਹਨਾਂ ਨੇ ਸੇਵਾਵਾਂ ਦਿੱਲੀ ਦੇ ਅੰਦਰ ਦਿੱਤੀਆਂ ਹਨ ਮੈਡੀਕਲ ਦੀ ਸਹਾਇਤਾ ਜਿਹੜੀ ਹੈ ਕੋਵਿਡ ਦੇ ਦੌਰਾਨ ਵੀ ਦਿੱਤੀ ਆ ਵੈਸੇ ਪੱਕੀ ਵੀ ਚੱਲ ਰਹੀ ਹੈ ਜੀ ਤੇ ਹੋਰ ਵੀ ਬਹੁਤ ਸਾਰੀਆਂ ਐਸੀਆਂ ਸਹੂਲਤਾਂ ਨੇ ਦਿੱਲੀ ਦੇ ਅੰਦਰ ਜਿਹੜੀਆਂ ਵੱਡੇ ਪੱਧਰ ਤੇ ਲੋਕਾਂ ਨੂੰ ਦਿਸਦੀਆਂ ਸਨ ਜੀ ਤੇ ਲੋਕਾਂ ਨੇ ਉਸ ਕੰਮਾਂ ਨੂੰ ਦੇਖਦੇ ਹੋਏ ਸੱਸਾ ਸਾਭਜੀ ਦੇ ਕੰਮਾਂ ਨੂੰ ਦੇਖਦੇ ਹੋਏ ਜੀ ਉਹਨਾਂ ਦੇ ਕੰਮਾਂ ਨੂੰ ਮੋਹਰ ਲਾਈ ਹੈ ਔਰ ਮੈਂ ਇਸ ਮੌਕੇ ਦੇ ਉੱਤੇ ਜਿੱਥੇ ਸੱਸਾ ਸਾਭਜੀ ਨੂੰ ਵਧਾਈ ਦਿੰਦਾ ਉੱਥੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਵਧਾਈ ਦਿੰਦਾ ਔਰ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਜਿਸ ਤਰ੍ਹਾਂ ਇਹ ਟੀਮ ਪਹਿਲਾਂ ਲਗਨ ਦੇ ਨਾਲ ਮਿਹਨਤ ਦੇ ਨਾਲ ਕੰਮ ਕਰਦੀ ਹੈ ਲਗਨ ਮਿਹਨਤ ਦੇ ਨਾਲ ਲੋਕਾਂ ਦੀ ਸੇਵਾ ਕਰਦੀ ਹੈ ਉਸੇ ਤਰ੍ਹਾਂ ਹੁਣ ਬਾਅਦ ਸਮੇਂ ਦੇ ਅੰਦਰ ਵੀ ਇਸੇ ਤਰ੍ਹਾਂ ਸੇਵਾ ਕਰਦੀ ਰਹੇ ਤਾਂ ਜੋ ਜਿਹੜਾ ਸਿੱਖੀ ਦਾ ਪ੍ਰਚਾਰ ਹੈ ਗੁਰੂ ਸਾਹਿਬ ਦਾ ਬੋਲ ਬਾਲਾ ਔਰ ਜੋ ਗੁਰੂ ਸਾਹਿਬ ਦਾ ਸੰਦੇਸ਼ ਹੈ ਉਹ ਘਰ ਘਰ ਤੱਕ ਪਹੁੰਚ ਸਕੇ ਹਰਜਿੰਦਰ ਜੀ ਤੁਸੀਂ ਦੇਖਦੇ ਕਿ ਜਿਵੇਂ ਸਿੱਖ ਸਿਆਸਤ ਆ ਤੇ ਸਿੱਖ ਜਿਹੜੇ ਧਾਰਮਿਕ ਮਸਲੇ ਆ ਉਹ ਨਾਲੋਂ ਨਾਲ ਹੀ ਚੱਲਦੇ ਆ ਕੋਈ ਟਾਈਮ ਐਦਾਂ ਦਾ ਸੀਗਾ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਨਜੀਤ ਸਿੰਘ ਜੀਕੇ ਨੂੰ ਆਪ ਬਾਹੋਂ ਫੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਗਰਮ ਕਰਦੇ ਆ ਉਸ ਤੋਂ ਬਾਅਦ ਸਮਾਂ ਜਿਹੜਾ ਉਹਨਾਂ ਦਾ ਮਨਜੀਤ ਸਿੰਘ ਜੀਕੇ ਤੋਂ ਬਾਅਦ ਸਿਰਸਾ ਸਾਹਿਬ ਦਾ ਆ ਜਾਂਦਾ ਅੱਜ ਸਿਰਸਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਉੱਤੇ ਦਿੱਲੀ ਦੇ ਵਿੱਚ ਨਮਾਇੰਦਗੀ ਕਰਦੇ ਤੇ ਜਿੱਤ ਵੀ ਪ੍ਰਾਪਤ ਕਰ ਲਈ ਆ ਇਹ ਜਿਹੜਾ ਮਨਜੀਤ ਸਿੰਘ ਜੀਕੇ ਦਾ ਅਕਾਲੀ ਦਲ ਛੱਡ ਜਾਣਾ ਤੇ ਅੱਜ ਜਿਹੜੀ ਉਹਨਾਂ ਨੇ ਪਾਰਟੀ ਜਾਗੋ ਬਣਾ ਕੇ ਇਲੈਕਸ਼ਨ ਲੜੀ ਤੇ ਉਹ ਕਾਮਯਾਬ ਨਹੀਂ ਹੋਏ ਇਹਨੂੰ ਕਿੱਦਾਂ ਦੇਖਦੇ ਆ ਅਸਲ ਵਿੱਚ ਮੜਾ ਤੋ ਟੁੱਟਿਆ ਹੋਇਆ ਮੜਕਾ ਕਦੇ ਵੀ ਕਾਮਯਾਬ ਨਹੀਂ ਹੁੰਦਾ ਪਾਰਟੀ ਹਮੇਸ਼ਾ ਵੱਡੀ ਹੁੰਦੀ ਹੈ ਤੇ ਲੋਕ ਇਨਸਾਨੀ ਤੌਰ ਤੇ ਕਦੇ ਵੀ ਕਿਸੇ ਇਨਸਾਨ ਦੇ ਨਾਲ ਬਹੁਤ ਘੱਟ ਤੌਰ ਤੇ ਜੁੜਦੇ ਆ ਪਾਰਟੀ ਦੇ ਨਾਲ ਹਮੇਸ਼ਾ ਲੋਕ ਵੱਡੇ ਤੌਰ ਤੇ ਜੁੜੇ ਹੋਏ ਹੁੰਦੇ ਆ ਤੇ ਜੇ ਜੀਕੇ ਸਾਹਿਬ ਨੂੰ ਕਿਸੇ ਟਾਈਮ ਚਰਮਣੀ ਕandidate ਨੇ ਥਾਪੜਾ ਦਿੱਤਾ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਉਹ ਵੀ ਇਸੇ ਤਰ੍ਹਾਂ ਭਾਰੀ ਬਹੁਤ ਨਾਲ ਜਿੱਤ ਕੇ ਅੱਗੇ ਆਏ ਸਨ ਤੇ ਉਹ ਵੀ ਸੇਵਾਵਾਂ ਉਹਨਾਂ ਦੇ ਵੀ ਕੀਤੀ ਆਪਣੇ ਕਾਰਜਕਾਰਾਂ ਨਾਲ ਪਰ ਜੇ ਕਿਸੇ ਕਾਰਨਾ ਕਰਕੇ ਜਾਂ ਲੋਕਾਂ ਦੀ رائے ਦੇ ਨਾਲ ਉਹਨਾਂ ਨੂੰ ਪਿੱਛੇ ਹਟਾਉਣਾ ਦਾ ਜਿਤਨ ਕਰਨਾ ਪਿਆ ਜਾਂ ਲੋਕਾਂ ਦੀ ਮੰਗ ਮੋਰੇ ਆਈ ਤੇ ਉਹਨਾਂ ਨੂੰ ਕੋਈ ਹੋਰ ਸੇਵਾ ਦੇਣੀ ਚਾਹੀ ਸੇਵਾ ਬਦਲਣੀ ਚਾਹੀ ਉਹਨਾਂ ਨੇ ਇਸ ਗੱਲ ਦੀ ਖਿਆਈ ਮਹਿਸੂਸ ਕੀਤੀ ਪਾਰਟੀ ਨੂੰ ਰਜਾਇਨ ਕਰਕੇ ਤੇ ਉਹਦੇ ਬਾਅਦ ਮਜੀਦ ਸਿੰਘ ਜੀ ਜੀਕੇ ਜੀ ਨੇ ਸੇਵਾ ਸੰਭਾਲੀ ਉਦੋਂ ਪਹਿਲਾਂ ਵੀ ਜਿਹੜੇ ਉੱਥੇ ਦੇ ਦਿੱਲੀ ਸੰਗਤ ਹੈ ਉਹਨਾਂ ਨੂੰ ਹੀ ਸੇਵਾਵਾਂ ਦਿੰਦੀ ਰਹੀ ਹੈ ਜਿਹੜੇ ਉੱਤੇ ਸ਼ਰੌਣੀ ਕਾਲੀ ਦਲ ਦਾ ਬਹੁਤ ਵੱਡਾ ਸਾਥ ਰਿਆ ਹੈ ਜੇ ਸਰਨਾ ਸਾਹਿਬ ਵੀ ਕਿਸੇ ਟਾਈਮ ਪ੍ਰਧਾਨ ਬਣੇ ਸੀ ਉਹ ਵੀ ਪਹਿਲਾਂ ਸ਼ਰੌਣੀ ਕਾਲੀ ਦਲ ਦੀ ਨੁਮਾਇੰਦਗੀ ਥੱਲੇ ਪ੍ਰਧਾਨ ਬਣੇ ਸੀ ਜੇ ਹਿਤ ਸਾਹਿਬ ਨੇ ਸੇਵਾ ਕੀਤੀ ਹੈ ਉਹ ਵੀ ਸ਼ਰੌਣੀ ਕਾਲੀ ਦਲ ਦੀ ਜਿਹੜੀ ਹੈ ਪ੍ਰਧਾਨਗੀ ਥੱਲੇ ਸ਼ਰੌਣੀ ਕਾਲੀ ਦਲ ਦੇ ਸ਼ੀਰ ਤੇ ਬਾਣ ਅਸ਼ੀਰਵਾਦ ਨਾਲ ਹੀ ਸਾਰੀਆਂ ਜਿੱਤਾਂ ਪ੍ਰਾਪਤ ਕਰ ਰਹੇ ਹੈ ਸੋ ਮੈਂ ਸਮਝਦਾ ਕਿ ਪਾਰਟੀ ਬਹੁਤ ਵੱਡੀ ਹੁੰਦੀ ਹੈ ਪਾਰਟੀ ਦੇ ਨਾਲ ਹੀ ਲੋਕ ਜੁੜੇ ਹੁੰਦੇ ਹਨ ਔਰ ਪਾਰਟੀ ਦੇ ਜੋ ਵੀ ਫੈਸਲਾ ਹੁੰਦਾ ਹੈ ਉਸ ਫੈਸਲੇ ਦੇ ਮੁਤਾਬਕ ਹੀ ਲੋਕ ਜਿਹੜਾ ਵੋਟ ਆਪਣਾ ਇਸਤੇਮਾਲ ਕਰਦੇ ਹੈ ਬਿਲਕੁਲ ਆਪ ਸਮਾ ਬਦਲਿਆ ਸਮਾ ਬਦਲਦੇ ਆਪਾਂ ਮਾਸਟਰ ਤਾਰਾ ਸਿੰਘ ਜੀ ਤੋਂ ਲੈ ਕੇ ਆਪਾਂ ਕਰਤਾਰ ਸਿੰਘ ਚੱਬਰ ਤੋਂ ਜਦੋਂ ਇਹ ਸ਼੍ਰੋਮਣੀ ਕਮੇਟੀ ਦੇ ਲਈ ਬੜੀਆਂ ਵੱਡੀਆਂ ਕਾਲਣਾ ਕਾਲੀਆਂ 1971 ਦੇ ਵਿੱਚ ਦਿੱਲੀ ਦੀ ਇਸ ਕਮੇਟੀ ਦਾ ਗਠਨ ਹੁੰਦਾ ਆ ਤੇ 1920 ਦੇ ਨੇੜੇ ਤੇੜੇ ਤੇ 25 ਦੇ ਵਿੱਚ ਐਕਟ ਬਣ ਜਾਂਦਾ ਆ ਤੇ ਉਹਦੇ ਅਧੀਨ ਹੀ ਦੇਖਦੇ ਆ ਕਿ ਇਹ ਸੰਸਥਾਵਾਂ ਜਿਹੜੀਆਂ ਆ ਉਹਨਾਂ ਵਿੱਚ ਚੁਣ ਕੇ ਨਮਾਇंदे ਆਉਂਦੇ ਆ ਤੇ ਸੇਵਾ ਕਰਦੇ ਆ ਜਿਹੜਾ ਇਹ ਲੰਬਾ ਸਮਾਂ ਗਿਆਨੀ ਕਰਤਾਰ ਸਿੰਘ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਤੇ ਅੱਜ ਦੇ ਸਮੇਂ ਨੂੰ ਇਹਨੂੰ ਕਿਦਾਂ ਦੇਖਦੇ ਤੁਸੀਂ ਜਿਹੜਾ ਉਹ ਸਮਾਂ ਸੀ ਮੈਂ ਕਹਿ ਸਕਦਾ ਕਿ ਬਹੁਤ ਹੀ ਸਤਜੋਗ ਦਾ ਸਮਾਜ ਸੀ ਜੀ ਔਰ ਲੋਕਾਂ ਦੇ ਵਿੱਚ ਸੇਵਾ ਭਾਵਨਾ ਜ਼ਿਆਦਾ ਸੀ ਕਿੰਤੂ ਪ੍ਰੰਤੂ ਘੱਟ ਸੀ ਜੀ ਪਰ ਜਿਹੜਾ ਅੱਜ ਦਾ ਸਮਾਂ ਹੈ ਇਹਦੇ ਵਿੱਚ ਸੇਵਾ ਭਾਵਨਾ ਘੱਟ ਹੈ ਕਿੰਤੂ ਪ੍ਰੰਤੂ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਤੇ ਉੱਦਾਂ ਵੀ ਮੀਡੀਆ ਜਿਸ ਤਰ੍ਹਾਂ ਦੀ ਖਬਰ ਫਲਾਉਣੀ ਚਾਹੁੰਦਾ ਹੈ ਉਸ ਤਰ੍ਹਾਂ ਦੀ ਖਬਰ ਜਿਹੜੀ ਹੈ ਉਹ ਫੈਲ ਜਾਂਦੀ ਹੈ ਜੀ ਔਰ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਦੌਰਾਨ ਸਾਨੂੰ ਬਹੁਤ ਹੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਬਹੁਤ ਸਾਂਝ ਬਣਾ ਸੋਚ ਲੈਣਾ ਚਾਹੀਦਾ ਹੈ ਅੜੀ ਕਰਨੀ ਚਾਹੀਦੀ ਹੈ ਕਿ ਜੋ ਕੁਝ ਹੋ ਰਿਹਾ ਹੈ ਉਹ ਗਲਤ ਹੋ ਰਿਹਾ ਹੈ ਜਾਂ ਕੋਈ ਖਬਰ ਝੂਠੀ ਕੋਈ ਗਲਤ ਤਾਂ ਨਹੀਂ ਆ ਰਹੀ ਇਸ ਕਰਕੇ ਅੱਜ ਜਿਹੜੀਆਂ ਸਮਾਜ ਦੇ ਉੱਤੇ ਕੋਕ ਘਟਨਾਵਾਂ ਵੀ ਪਾਤਰਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਅਸੀਂ ਆ ਵਾਪਰ ਜਾਂਦੀਆਂ ਨੇ ਉਹ ਕਈ ਵਾਰੀ ਫੁਹਾਈ ਜਿਹੜੀਆਂ ਐਸੀਆਂ ਵੱਡੀਆਂ ਹੁੰਨੀਆਂ ਨੇ ਕਿ ਸਾਡੇ ਸਮਾਜ ਦਾ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਦਿੰਦੀਆਂ ਨੇ ਹਰਜਿੰਦਰ ਜੀ ਇੱਕ ਚੀਜ਼ ਦੱਸੋ ਵੀ ਜਿਵੇਂ ਮਨਜੀਤ ਸਿੰਘ ਜੀਕੇ ਨੇ ਵੀ ਪਿਛਲੇ ਸਮੇਂ ਦੌਰਾਨ ਜਦੋਂ ਕਿ ਇਹ 2015 ਵਿੱਚ ਬਿਆਦਵੀ ਕਾਂਡ ਜਿਹੜਾ ਪੰਜਾਬ ਤੇ ਵਰਤਾ ਹਰਿਆਣੇ ਦੀ ਇਹ ਸਰਸਾ ਵਾਲਿਆਂ ਨਾਲ ਮਨਜੀਤ ਸਿੰਘ ਜੀਕੇ ਨੇ ਉਦੋਂ ਵੀ ਸਰਦਾਰ ਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਬਿਨਾਂ ਤਸਵੀਰਾਂ ਤੋਂ ਇਲੈਕਸ਼ਨ ਲੜੀ ਉਹ ਉਸ ਵੇਲੇ ਵੀ ਉਹ ਜਿੱਤ ਗਿਆ ਤੇ ਅੱਜ ਵੀ ਜੇ ਦੇਖੀਏ ਤਾਂ ਦਿੱਲੀ ਇਲੈਕਸ਼ਨ ਦੇ ਵਿੱਚ ਮੈਂ ਅੰਦੋਲਨ ਕਵਰ ਕਰਦਾ ਜਾਂਦਾ ਰਾਂ ਪਹਿਲਾ ਜਦੋਂ ਪੋਸਟਮੋਨੀ ਹੋਈ ਆ ਕੋਵਿਡ ਕਰਕੇ ਇਲੈਕਸ਼ਨ ਵੀ ਉੱਥੇ ਬਹੁਤ ਵੱਡਾ ਪ੍ਰਚਾਰ ਕੋ ਸੁਖਵੀਰ ਸਿੰਘ ਦੀ ਬਾਦਲ ਦੀ ਫੋਟੋ ਦਾ ਸ਼੍ਰੋਮਣੀ ਕਮੇਟੀ ਚ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਕੋ ਵੱਡੇ ਫਲੈਕਸ ਲਾ ਕੇ ਨਹੀਂ ਇੰਡੀਵੀਜੂਅਲ ਤੌਰ ਤੇ ਉਸ ਵੇਲੇ ਭਾਵੇਂ ਕਿ ਲੜੇ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਤਲੇ ਸੀ ਜੀਕੇਵੀ ਤੇ ਅੱਜ ਮਨਜਿੰਦਰ ਸਿੰਘ ਸਿਰਸਾ ਵੀ ਉਸ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਜਿੱਤੇ ਆ ਪਰ ਉੱਥੇ ਜਿਹੜਾ ਲੋਕਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਚਿਹਰਾ ਲੋਕਾਂ ਚ ਇਹ ਤਾਂ মিডিਆ ਵੱਲੋਂ ਚਲਾਈ ਹੋਈ ਗੱਲ ਕੀਤੀ ਜਾ ਸਕਦੀ ਹੈ ਜੀ ਪਰ ਇੱਕ ਗੱਲ ਦਾ ਸਾਰੇ ਲੋਕਾਂ ਨੂੰ ਪਤਾ ਹੈ ਕਿ ਸ਼ਰੌਣੀ ਕਾਲੀ ਦਲ ਜਿਹੜੀ ਆ ਜਿਹੜੀ ਆ ਪਾਰਟੀ ਹੈ ਜੀ ਉਸ ਦੀ ਹੀ ਇੱਕ ਜਿਹੜੀ ਉੱਥੇ ਦਿੱਲੀ ਦੇ ਵਿੱਚ ਇਕਾਈ ਹੈ ਜੀ ਜਿਹੜੀ ਮਨਜੀਤ ਸਿੰਘ ਜੀਕਾ ਜਿਹਦੇ ਪ੍ਰਧਾਨ ਹਨ ਔਰ ਜਿਹਨੂੰ ਚਲਾ ਰਹੇ ਨੇ ਜੀ ਇਸ ਕਰਕੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਚਾਹੇ ਦਿੱਲੀ ਹੈ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਹੈ ਚਾਹੇ ਕੋਈ ਹੋਰ ਸਟੇਟ ਹੈ ਜੀ ਚਾਹੇ ਜੋ ਵੀ ਹੈ ਜਿੱਥੇ-ਜਿੱਥੇ ਵੀ ਸ਼ਰੌਣੀ ਅਕਾਲੀ ਦਲ ਦਾ ਵਰਕਰ ਕੰਮ ਕਰਦਾ ਹੈ ਜਾਂ ਲੀਡਰ ਕੰਮ ਕਰਦਾ ਹੈ ਉਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਪ੍ਰਧਾਨਗੀ ਥੱਲੇ ਕੰਮ ਕਰਦਾ ਹੈ ਔਰ ਜਿਹੜੀਆਂ ਟਿਕਟਾਂ ਵੇ ਜਾਂ ਜਿਨ੍ਹਾਂ ਨੂੰ ਸੇਵਾ ਦਿੱਤੀ ਹੈ ਜਾਂ ਜਿਨ੍ਹਾਂ ਨੇ ਸੇਵਾ ਕਰਨੀ ਹੈ ਜਿਨ੍ਹਾਂ ਨੂੰ ਸੰਗਤ ਨੇ ਭਰੋਸਾ ਦਿੱਤਾ ਹੈ ਉਹ ਵੀ ਸ਼ਰੌਣੀ ਅਕਾਲੀ ਦਲ ਵੱਲੋਂ ਟਿਕਟਾਂ ਦਿੱਤੀਆਂ ਗਈਆਂ ਸ਼ਰੌਣੀ ਅਕਾਲੀ ਦਲ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਕੱਲੇ ਟਿਕਟਾਂ ਦੀ ਬਣਦੇ ਅਕਾਲੀ ਦਲ ਦੀ ਬਕਾਇਦਾ ਕੋਰ ਕਮੇਟੀ ਬਣੀ ਹੁੰਦੀ ਹੈ ਔਰ ਸਲਾਹਕਾਰ ਕਮੇਟੀ ਬਣੀ ਹੁੰਦੀ ਆ ਸਾਰਿਆਂ ਦੀ ਸਲਾਹ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਉਹ ਵੰਡ ਕੀਤੀ ਜਾਂਦੀ ਹੈ ਜਿਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਉਹਨਾਂ ਦੀ ਤੈਅ ਕੀਤੀ ਜਾਂਦੀ ਹੈ ਔਰ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਕੋਈ ਸਮਾਜਦਾ ਦਾ ਸੀ ਬਈ ਜਿੱਥੇ ਬਹੁਤ ਬੋਰ ਵਾਲਾ ਸੀ ਬੋਰਡ ਲੱਗਦੇ ਸੀ ਫੋਟੋਆਂ ਲੱਗਦੀਆਂ ਸੀ ਵੜਾ ਪ੍ਰਚਾਰ ਹੁੰਦਾ ਸੀ ਵੇਂਦਰ ਵੱੜਦੇ ਸੀ ਪਰ ਪਿਛਲੇ ਸਮੇਂ ਦੇ ਤਰਾਹ ਜਦੋਂ ਪੰਜਾਬ ਦੇ ਅੰਦਰ ਜਿਬਲੀ ਚੋਣਾ ਹੋਣੀ ਆ ਸੀ ਉਦੋਂ ਅਸੀਂ ਵੀ ਦੇਖਿਆ ਵੀ ਸਾਰੀ ਸਰਕਾਰ ਜਿਹੜੀ ਹੈ ਖਲਕੇ ਦੇ ਵਿੱਚ ਲਿਆ ਕੇ ਫੜਾ ਦਿੱਤੀ ਜਾਂਦੀ ਸੀ ਜੀ ਪਰ ਅਸਲ ਦੇ ਵਿੱਚ ਸਾਡੀ ਪਰੇਸ਼ਾਨੀ ਉਸ ਗੱਲ ਦਾ ਵੱਧ ਜਾਂਦੀ ਹੈ ਜੇ ਉੱਥੇ ਅੱਜ ਵੀ ਪੰਜਾਬ ਦੀ ਕਾਲੀ ਕਾਈ ਨੂੰ ਉੱਥੇ ਜਾ ਕੇ ਬਿਠਾਇਆ ਜਾਂਦਾ ਤੇ ਹੋ ਸਕਦਾ ਜਿਹੜਾ ਸਾਡੇ ਰਿਜ਼ਲਟਾਂ ਦੇ ਵਿੱਚ ਮਾੜਾ ਵੋਟਾ ਫਰਕ ਜਿਹੜਾ ਉਹ ਕਰਦਾ ਕਿਉਂਕਿ ਜਿਹੜੇ ਉੱਥੇ ਦੇ ਜ਼ਿੰਮੇਵਾਰ ਲੋਕ ਹੁੰਦੇ ਆ ਉਹ ਸਾਨੂੰ ਸੰਭਾਲਣ ਤੇ ਲੱਗ ਪੈਂਦੇ ਆ ਸਾਡੀ ਦੇਖਭਾਲ ਕਰਨ ਤੇ ਲੱਪਣਦੇ ਆ ਸਾਡੇ ਰਹਿਣ ਪਹਿਣ ਦਾ ਪ੍ਰਬੰਧ ਕਰ ਲਾਪਣਦੇ ਆ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸਾਡੇ ਦੋਲੇ ਰੋਟੀ ਰਹਿ ਜਾਂਦੇ ਆ ਤੇ ਅਸੀਂ ਮਹਿਸੂਸ ਕੀਤਾ ਸੀ ਕਿ ਜੇਕਰ ਚੋਣ ਕੋਈ ਇਨਸਾਨ ਆਪਣੇ ਆਪ ਤੇ ਲੜੇ ਤੇ ਉਹ ਆਪਣੇ ਆਪ ਤੇ ਹੀ ਕੰਬੇਰ ਕਰੇ ਤੇ ਉਹ ਤੋਂ ਵਧੀਆ ਕੋਈ ਇਕਾਈ ਜਿਹੜੀ ਹੈ ਲੀਡਰਸ਼ਿਪ ਬਾਹਰ ਨਹੀਂ ਆ ਸਕਦੀ ਸੋ ਪਾਰਟੀ ਦੇ ਇਸ ਫੈਸਲੇ ਨੂੰ ਕੋਰ ਕਮੇਟੀ ਦੇ ਵਿੱਚ ਵਿਚਾਰ ਕੇ ਬੜੇ ਚੰਗੇ ਟੰਗ ਦੇ ਦਾ ਇਸ ਗੱਲ ਨੂੰ ਵਿਚਾਰਿਆ ਕਿ ਨਹੀਂ ਭਾਈ ਹੁਣ ਆਲੇ ਦੁਆਲੇ ਦਾ ਜਿਹੜਾ ਰੌਲਾ ਗੋਲਾ ਬੰਦ ਕਰ ਦਿਓ ਤੇ ਜਿਹੜਾ ਸਿੱਧਾ ਚੋਣਿਆਂ ਜਿਹੜਾ ਸਾਡਾ ਕੈਂਡੀਡੇਟ ਹੈ ਉਮੀਦਵਾਰ ਹੈ ਔਰ ਜਿਹੜੀ ਅਸੀਂ ਗੱਲ ਲੜ ਰਹੇ ਆ ਉਹਦੀ ਸਿੱਧੀ ਪ੍ਰਧਾਨਗੀ ਲਈ ਲੜਾਈ ਜੜੀ ਜਾਵੇ ਜੀ ਹਰਜਿੰਦਰ ਸਿੰਘ ਲੱਲੀਆਂ ਜੀ ਤੁਸੀਂ ਹੁਣ ਇਹ ਦੇਖੋ ਵੀ ਪੰਜਾਬ ਦੀ ਤੇ ਦਿੱਲੀ ਦੀ ਰਾਜਨੀਤੀ ਦੋਨੇ ਇੱਕ ਦੂਏ ਤੇ ਪ੍ਰਭਾਵ ਛੱਡਦੀਆਂ ਜੇ ਪੰਜਾਬ ਵਿੱਚ ਜਿਸ ਤਰ੍ਹਾਂ ਦੀ ਸੱਤਾ ਦੀ ਹਵਾ ਚੱਲਦੀ ਹੈ ਤੇ ਦਿੱਲੀ ਤੇ ਵੀ ਅਸਰ ਕਰਦੀ ਹੈ ਜੇ ਅੱਜ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਹੈ ਤੇ ਇਹਦਾ ਅਸਰ ਪੰਜਾਬ ਤੇ ਵੀ ਜ਼ਰੂਰ ਦਿਖਿਆ ਜਾਊਗਾ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ 2022 ਦੇ ਵਿੱਚ ਪੰਜਾਬ ਚ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਜਿਹੜਾ ਆਪਣੇ ਬਿਆਦਵੀ ਵਾਲੇ ਮਸਲੇ 'ਚ ਉੱਭਰ ਕੇ ਸਾਹਮਣੇ ਆ ਰਿਹਾ ਸੁਖਵੀਰ ਸਿੰਘ ਬਾਦਲ ਐ ਇਸ ਵੇਲੇ ਪੰਜਾਬ ਦੇ ਹਲਕਾਦਾਰ ਹਲਕਾ ਡੇਲੀ ਆਪਣੀ ਨਾ ਲੋਕਾਂ ਦੇ ਵਿੱਚ ਜਾਂਦੇ ਆ ਦਿੱਲੀ ਦੀ ਜੱਤ ਦਾ ਪੰਜਾਬ ਦੀ ਇਹ ਸਿਲੈਕਸ਼ਨ ਤੇ ਆਉਣ ਵਾਲੀ ਤੇ ਕਿੰਨਾ ਕਸਰ ਦੇਖਦੇ ਕੱਲੇ ਦਿੱਲੀ ਨੂੰ ਲੈ ਕੇ ਨਾ ਚਲੀਏ ਡਾਕਟਰ ਆਪਣੇ ਸਰਗਨਾਥ ਸਿੰਘ ਜੀ ਜੀ ਜੇਕਰ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਜੀ ਛਰੌਣੇ ਕਾਦੀ ਦਾ ਵਰਕਰ ਕੋਈ ਚੰਗਾ ਕੰਮ ਠਾਉਂਦਾ ਆ ਜੀ ਤੇ ਉਸ ਦੀ ਪ੍ਰਸ਼ੰਸਾ ਜਿਹੜੀ ਆ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਹੋ ਜਾਂਦੀ ਆ ਤੇ ਸਾਰੇ ਸੰਸਾਰ ਵਿੱਚ ਵੀ ਹੋ ਜਾਂਦੀ ਆ ਜੀ ਜੀ ਅੱਜ ਦਿੱਲੀ ਦੇ ਵਿੱਚ ਸ਼ਰੌਣੀ ਕਾਲੀ ਦਲ ਜਿੱਤਿਆ ਹੈ ਤੇ ਇਹਦੀ ਜਿਹੜੀ ਗੱਲ ਹੈ ਕੈਨੇਡਾ ਅਮਰੀਕਾ ਸਾਰੇ ਮੁਲਕਾਂ ਦੇ ਸੰਸਾਰ ਲੈਵਲ ਤੇ ਜਾਣੀ ਹੈ ਤੇ ਜਿਹੜੀ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਸ਼ਰੌਣੀ ਕਾਲੀ ਦਲ ਜਿਹੜਾ ਬੜੀ ਜਦੋਜਹਰ ਨਾਲ ਲੱਗਾ ਹੋਇਆ ਹੈ ਔਰ ਵਿਆਰਵੀ ਦੇ ਮਸਲੇ ਨੂੰ ਤਾਂ ਮੈਂ ਕਹਿ ਸਕਦਾ ਕਿ ਕਾਗਰਸ ਆਪ ਦੋ ਫਾੜ ਹੋ ਗਈ ਹੈ ਜੀ ਔਰ ਉਹਨਾਂ ਵਿੱਚੋਂ ਅੱਧਾ ਲੀਡਰਸ਼ਿਪ ਇਹ ਗੱਲ ਕਹਿ ਰਹੇ ਵੇ ਕਿ ਤੁਸੀਂ ਕਿਸੇ ਵੀ ਘੜੀ ਦੇ ਉੱਤੇ ਸਰਪ੍ਰਕਾਸ਼ ਸਿੰਘ ਬਾਦਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਸ ਮੁੱਦੇ ਤੇ ਫੜਕੇ ਅੰਦਰ ਦੇ ਦਿਓ ਜੀ ਪਰ ਸ਼ਾਇਦ ਉਹ ਕਾਨੂੰਨ ਤੋਂ ਉਜਾੜ ਨੇ ਕਿ ਕਿਸੇ ਇਨਸਾਨ ਨੂੰ ਬਿਨਾਂ ਪ੍ਰੂਫ ਤੋਂ ਬਿਨਾਂ ਗਵਾਹ ਤੋਂ ਗ੍ਰਿਫਤਾਰੀ ਕੀਤਾ ਜਾ ਸਕਦਾ ਤੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਕੈਪਟਨ ਬਲੰਦਰ ਸਿੰਘ ਨੇ ਆਪਣਾ ਜੋਰ ਲਾ ਲਿਆ ਕਾਨੂੰਨਾਂ ਦੀਆਂ ਮਾਰਾਂ ਲਾ ਲਈਆਂ ਵੀ ਅਸੀਂ ਇਹਨਾਂ ਨੂੰ ਅੰਦਰ ਕਰਨਾ ਪਰ ਜਦੋਂ ਪ੍ਰਸ਼ਾਸਨ ਤੱਕ ਗੱਲ ਜਾਂਦੀ ਹੈ ਤੇ ਉਹ ਹੱਥ ਖੜੇ ਕਰ ਦਿੰਦੇ ਆ ਕਿ ਸਾਨੂੰ ਸਬੂਤ ਦੇ ਦਿਓ ਪ੍ਰੂਫ ਦੇ ਦਿਓ ਕਿ ਬਾਦਲ ਸਾਹਿਬ ਦਾ ਕਿੱਥੇ ਹੱਥ ਹੈ ਤੇ ਅਸੀਂ ਐਕਸ਼ਨ ਜਾਰੀ ਕਰ ਦਿੰਦੇ ਆ ਪਰ ਜਿਹੜੇ ਮੇਰੇ ਕਈ ਭੋਲੇ ਵਜ਼ੀਰ ਐ ਜਾਂ ਜਿਹੜੇ ਸ਼ੈਤਾਨ ਐ ਜਿਹੜੇ ਕੈਪਟਨ ਨੂੰ ਵੀ ਢਾਹ ਲਾਉਣਾ ਚਾਹੁੰਦੇ ਆ ਔਰ ਬਾਦਲ ਸਾਹਿਬ ਨੂੰ ਵੀ ਅੰਦਰ ਕਰਨਾ ਚਾਹੁੰਦੇ ਆ ਉਹ ਇੱਕ ਮੁੱਦਾ ਬਣਾਉਣਾ ਚਾਹੁੰਦੇ ਆ ਕਿ ਬਾਦਲ ਸਾਹਿਬ ਨੂੰ ਅੰਦਰ ਕਰਕੇ ਖਰਿਆ ਅਸੀਂ ਜਿਹੜੀ ਐ ਪੰਜਾਬ ਦੀ ਇਲیکشن ਜਿਹੜੀ ਐ ਉਹ ਜਿੱਤ ਜਾਣੀ ਐ ਮੈਂ ਸਮਝਦਾ ਕਿ ਉਹਦਾ ਬਹੁਤ ਵੱਡਾ ਇਹ ਐ ਕਿ ਗੱਲਾਂ ਦੇ ਮੱਦੇਂ ਅੰਦਰ ਗਲਤਫਹਿਮੀ ਐ ਅੱਜ ਤੱਕ ਕੋਈ ਵੀ ਇਨਸਾਨ ਦੂਸ਼ਣਵਾਦੀ ਕਰਕੇ ਕਿਸੇ ਇਨਸਾਨ ਦੇ ਖਿਲਾਫ ਪ੍ਰਚਾਰ ਕਰਕੇ ਨਾ ਕੋਈ ਇਲیکشن ਜਿੱਤ ਸਕਿਆ ਤੇ ਨਾ ਜਿੱਤ ਸਕਦਾ ਪਾਰਟੀ ਦੀਆਂ ਪਾਸੀਆਂ ਬਣੋੜੀਆਂ ਪਹਿਣ ਕੇ ਆ ਪਾਰਟੀ ਦਾ ਪ੍ਰੋਗਰਾਮ ਜਿਹੜਾ ਪਵੇਗਾ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਪਿਛਲੇ ਦਿਨਾਂ ਬਾਅਦ 100 ਦਿਨ ਦਾ ਪ੍ਰੋਗਰਾਮ ਦਿੱਤਾ ਹੈ ਜੀ ਉਹਨਾਂ ਨੇ 100 ਹਲਕੇ ਦੇ ਵਿੱਚ ਜਾਣਾ ਹੈ ਆਪਣੇ ਵਰਕਰਾਂ ਦੀ ਕਾਰਜਕਾਰੀ ਦੇਖਣੀ ਹੈ ਉੱਥੇ ਦਾ ਸਾਰਾ ਕੰਮਕਾਜ ਦੇਖਣਾ ਹੈ ਔਰ ਜੋ ਪਿਛਲੇ ਸਮੇਂ ਦੇ ਦੌਰਾਨ ਸਾਡੇ 45 ਸਾਲਾਂ ਵਿੱਚ ਕਾਂਗਰਸ ਦੀ ਸਰਕਾਰ ਨੇ ਕੀਤਾ ਉੱਥੋਂ ਦੇ ਐਮਐਲਏ ਨੇ ਕੀਤਾ ਉਸ ਦੀ ਕਾਰਜਕਾਰੀ ਲੋਕਾਂ ਦੇ ਵਿੱਚ ਚ ਆਉਣੀ ਹੈ ਦੇਖਣੀ ਹੈ ਦੱਸਣੀ ਹੈ ਸੋ ਉਸ ਗੱਲ ਨੂੰ ਲੈ ਕੇ ਜਿਹੜਾ ਸਾਰੀ ਕਾਗਰਸ ਭੈ ਪੀਠ ਹੋਈ ਪਈ ਹੈ ਔਰ ਮੈਂ ਕਿੱਥੇ ਗੱਲ ਹੋਰ ਵੀ ਕਹਿ ਦੇਣੀ ਚਾਹੁੰਦਾ ਕਿ ਜਿਹੜੇ ਸਾਡੇ ਪ੍ਰਧਾਨ ਸਜਾ ਸੁਖਬੀਰ ਸਿੰਘ ਦੀ ਬਾਦ ਸਾਹਿਬ ਦਾ ਵਿਰੋਧ ਕਰ ਰਹੇ ਹੈ ਉਹ ਕਿਸਾਨਾਂ ਦਾਗੂ ਨਹੀਂ ਹਨ ਸੰਯੁਕਤ ਮੋਰਚੇ ਦਾ ਦਿੱਲੀ ਤੋਂ ਫੈਸਲਾ ਆਇਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਲੀਡਰ ਨੂੰ ਲੈ ਕੇ ਕਿਸੇ ਦਾ ਵਿਰੋਧ ਨਹੀਂ ਕਰਨਾ ਕਿਸੇ ਹੋਰ ਰਾਜਨੀਤਿਕ ਵਿਰੋਧ ਨਹੀਂ ਕਰਨਾ ਫਿਰ ਛਣਾਉਣੀ ਕਾਲੀ ਦਲ ਦਾ ਵਿਰੋਧ ਤਾਂ ਵੈਸੇ ਹੀ ਨਹੀਂ ਬਣਦਾ ਬੀਬੀ ਹਰਸਿਦਰਤ ਕੌਰ ਜੀ ਨੇ ਸਭ ਤੋਂ ਪਹਿਲਾਂ ਅਸਤੀਫਾ ਦੇ ਕੇ ਲੋਕਾਂ ਦੇ ਵਿੱਚ ਬਿੱਲਾਂ ਦੇ ਹੱਕਾਂ ਦੇ ਵਿੱਚ ਖੜੇ ਹੋਏ ਆ ਕਿ ਬੈਲ ਜਿਹੜੇ ਆ ਉਹ ਰੱਦ ਕਰਨੇ ਚਾਹੀਦੇ ਆ ਕਿਸਾਨਾਂ ਨੂੰ ਇਹ ਬੈਲ ਜਿਹੜਿਆ ਨਹੀਂ ਲੱਗਣੇ ਚਾਹੀਦੇ ਕਿਸਾਨਾਂ ਦੇ ਉੱਤੇ ਬੈਲ ਨਹੀਂ ਥੋਪਣੇ ਚਾਹੀਦੇ ਸੋ ਇਸ ਕਰਕੇ ਜੇ ਆਪਣੇ ਲੋਕ ਆਪਣੇ ਲੀਡਰਾਂ ਦਾ ਫੈਸਲਾ ਨਹੀਂ ਮੰਨ ਸਕਦੇ ਫਿਰ ਇਹ ਗੱਲ ਕਹਿ ਸਕਦੇ ਆ ਕਿ ਪੰਜਾਬ ਦੀ ਰਾਜਨੀਤੀ ਆਸੋ ਵਿੱਚ ਇੰਨੀ ਉਫਾੜ ਹੋ ਗਈ ਹੈ ਕਿ ਲੋਕ ਕਿਸਾਨਾਂ ਦੇ ਝੰਡੇ ਫੜਾ ਕੇ ਦੂਜੀ ਪਾਰਟੀ ਵਾਲੇ ਲੋਕ ਰੇਂਜ ਕਰਕੇ ਇਹ ਜਤਨ ਕਰਨ ਦਾ ਦੱਸ ਰਹੇ ਆ ਦੱਸਦਾ ਜਤਨ ਕਰ ਰਹੇ ਆ ਕਿ ਅਸੀਂ ਕਿਸਾਨ ਐ ਅਸੀਂ ਸ਼ਰੌਣੀ ਕਾਲੀ ਦਲ ਦਾ ਵਿਰੋਧ ਕਰਦੇ ਆ ਪਰ ਤੁਸੀਂ ਦੇਖਿਆ ਬਈ ਉਹ ਜਿਹੜੇ ਕਿਸਾਨ ਐ ਜਦੋਂ ਕਿਸਾਨਾਂ ਦਾ ਮੋਰਚਾ ਲੱਗਦਾ ਤੇ ਉਹ ਹਜ਼ਾਰਾਂ ਦੀ ਤਦਾਦ ਵਿੱਚ ਹੁੰਦੇ ਆ ਵੱਡੀ ਤਦਾਦ ਦੇ ਵਿੱਚ ਹੁੰਦੇ ਆ ਪਰ ਜਦੋਂ ਪ੍ਰਧਾਨਗੀ ਜੀ ਦੀ ਗੱਲ ਆਉਂਦੀ ਆ ਜਦੋਂ ਪ੍ਰਧਾਨ ਜੀ ਲੰਗੜਾ ਹੁੰਦਾ ਉਹ ਬਹੁਤ ਥੋੜੇ ਲੋਕ ਹੁੰਦੇ ਆ ਪੌਂਸਲ ਨੂੰ ਅੱਗੇ ਪਿੱਛੇ ਕਰਕੇ ਹਟਾ ਦਿੰਦੀ ਆ ਜਦੋਂ 100 ਦਾ ਸੋਹਾਨ ਪ੍ਰਧਾਨ ਸਾਹਿਬ ਜੀ ਨੇ ਕਵਰ ਕਰ ਲੈਣਾ ਮੈਂ ਸਮਝਦਾ ਕਿ ਇਹਨਾਂ ਲੋਕਾਂ ਨੇ ਵੀ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਬੈਠ ਜਾਣਾ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਨੂੰ ਮੈਂ ਯਕੀਨ ਨਾਲ ਕਹਿ ਸਕਦਾ ਜਿਹੜੀਆਂ 2022 ਦੀਆਂ ਚੋਣਾਂ ਹੋਣਾ ਜਾ ਰਹੀਆਂ ਉਸ ਦੇ ਵਿੱਚ ਸ਼ਰੌਣ ਇਕਾਲੀਦਾਨ ਨੇ ਬਹੁਤ ਵੱਡੀ ਜਿਹੜੀ ਹੈ ਜਿੱਤ ਪ੍ਰਾਪਤ ਕਰਨੀ ਹੈ ਕਿਉਂਕਿ ਪਿਛਲੇ 45 ਸਾਲਾਂ ਦੇ ਵਿੱਚ ਅੱਜ ਅਸੀਂ ਵੀ ਕਹਿ ਰਹੇ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਕਿ ਕਾਂਗਰਸ ਨੇ ਕਰਨਾ ਕੁਝ ਨਹੀਂ ਅੱਜ ਕਾਂਗਰਸ ਦੇ ਐਮਐਲਏ ਕਾਂਗਰਸ ਦੇ ਵਜ਼ੀਰ ਜਿਨ੍ਹਾਂ ਦੇ ਕੋਲ ਆਪ ਖੁਦ ਮਖਤਿਆਰੀ ਵਿਭਾਗ ਹੁੰਦਾ ਉਹ ਕਹਿ ਰਹੇ ਆ ਕਿ ਜਿਹੜੀ ਸਾਡੀ ਕਾਰਜਕਾਰੀ ਆ ਉਹ ਫੇਲ ਹੋ ਗਈ ਆ ਇਹ ਸਨ ਸਰਦਾਰ ਹਰਜਿੰਦਰ ਸਿੰਘ ਜੀ ਲਲੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਅੱਜ ਦਿੱਲੀ ਦੇ ਵਿੱਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਬਹੁਤ ਵੱਡੀ ਵਧਾਈ ਵੀ ਦਿੱਤੀ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਇਸ ਗੱਲ ਲਈ ਵਧਾਈ ਦਾ ਪਾਤਰ ਬਣਾਇਆ ਕਿ ਉਹਨਾਂ ਨੇ ਕਿਸਾਨੀ ਅੰਦੋਲਨ ਤੇ ਕੋਵਿਡ ਦੌਰਾਨ ਬਹੁਤ ਵੱਡੀ ਸੰਗਤਾਂ ਦੀ ਸੇਵਾ ਕੀਤੀ ਆ ਤੇ ਦਿੱਲੀ ਦੀਆਂ ਸੰਗਤਾਂ ਨੇ ਅੱਜ ਉਸ ਸੇਵਾ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਕਾਲੀ ਦਲ ਨੂੰ ਦੂਸਰੀ ਵਾਰ ਦਾ ਮੌਕਾ ਦਿੱਤਾ ਆ ਤੇ ਨਾਲ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਵੀ ਆਪਣੀ ਵੇ ਬਾਕੀ ਗੱਲ ਰੱਖੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੱਖਰੇ ਤੌਰ ਤੇ ਇੱਕ ਸਟੈਂਡ ਲਿਆ ਬੜਾ ਲੰਬਾ ਸਾਸੀ ਭਾਜਪਾ ਦੇ ਨਾਲ ਉਹ ਛੱਡਿਆ ਆ ਏਸੀ ਕਰਕੇ ਕਿ ਕਿਸਾਨੀ ਬਿੱਲਾਂ ਦੇ ਵਿੱਚ ਜਿਹੜਾ ਕਿਸਾਨ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਏਸੀ ਕਰਕੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਦੁਆਰਾ ਭਾਜਪਾ ਤੋਂ ਅਲੱਗ ਹੋ ਕੇ बसपा ਦੇ ਨਾਲ ਗੱਠਜੋੜ ਕਰਕੇ ਪੰਜਾਬ ਦੀ ਸੱਤਾ ਦੇ ਵਿੱਚ ਦੁਬਾਰਾ ਆਪਣੀ ਵਾਪਸੀ ਲਈ ਪੂਰੀ ਮਿਹਨਤ ਕਰ ਰਿਹਾ ਤੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੋ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਦੌਰਾ ਕਰ ਰਹੇ ਉਸ ਤੋਂ ਬਾਅਦ ਪੰਜਾਬ ਦੀ ਤਸਵੀਰ ਜਿਹੜੀ ਆ ਉਹਨਾਂ ਦਾ ਮੰਨਣਾ ਕਿ ਬਦਲੇਗੀ ਹੁਣ ਦੇਖਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਕਿਸਾਨਾਂ ਦਾ ਕੱਲ ਗੰਨੇ ਦਾ ਭਾਅ ਵਧਾ ਕੇ ਸਰਕਾਰ ਕਿਸਾਨੀ ਦੀ ਬਾਹਾਵਾਹੀ ਲੁੱਟੀ ਆ ਉਹ ਲੋਕਾਂ ਦਾ ਮਤ ਲੈ ਪਾਉਂਦੇ ਆ ਉਹ ਲੋਕਾਂ ਦਾ ਹਥਮਦਰ ਦੀ ਲੈ ਪਾਉਂਦੇ ਆ ਕਿਦਾਂ ਸੁਖਵੀਰ ਸਿੰਘ ਬਾਦਲ ਜੋ ਪੰਜਾਬ ਦੇ ਵਿੱਚ ਆਪਣੀ ਪਾਰਟੀ ਨੂੰ ਲੈ ਕੇ ਆਪਣੀਆਂ ਨੀਤੀਆਂ ਨੂੰ ਲੈ ਕੇ ਦੌਰਾ ਕਰ ਰਿਹਾ ਉਹ ਲੋਕਾਂ ਦਾ ਇੱਕ ਮਤ ਲੈ ਪਾਉਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਕਿ 2022 ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਪੇਸ਼ ਹੁੰਦੀ ਆ ਤਾਂ ਕਿਸ ਪਾਰਟੀ ਦੀ ਸਰਕਾਰ ਬਣਦੀ ਆ ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਮੈਨੂੰ ਗੁਰਨਾਮ ਸਿੰਘ ਮਿਲਗਾ ਨੂੰ ਦਿਓ ਅਜਾਜ਼ਤ